ਸਿੱਖ ਤੇ ਗੁਰੂ ਦਾ ਸਬੰਧ ਕਿਸ ਤਰ੍ਹਾਂ ਹੈ ਭਾਈ ਸਾਹਿਬ ਨੇ ਉਦਾਹਰਨਾ ਦਿੱਤੀਆਂ ਨੇ ਸੰਸਾਰੀ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਸ਼ਬਦ ਬੜੇ ਪੜਨੇ ਆ ਜੀ ਇੱਕ ਗਿਆਨ ਦੂਜਾ ਧਿਆਨ ਤੇ ਤੀਸਰਾ ਸਿਮਰਨ ਇਹ ਬੜੀ ਵਾਰੀ ਸ਼ਬਦ ਹੁੰਦਾ ਹੈ ਗਿਆਨ ਧਿਆਨ ਤੇ ਸਿਮਰਨ ਸਿੱਖ ਗਿਆਨੀ ਕਿਵੇਂ ਹੈ ਸਿੱਖ ਧਿਆਨੀ ਕਿਵੇਂ ਹੈ ਸਿੱਖ ਸਿਮਰਨ ਨੇ ਕਿਵੇਂ ਤਿੰਨੇ ਚੀਜ਼ਾਂ ਸਤਿਗੁਰੂ ਨੇ ਦਿੱਤੀਆਂ ਨੇ ਗੁਰਮਖੋ ਸਭ ਤੋਂ ਪਹਿਲਾਂ ਭਾਈ ਸਾਹਿਬ ਇੱਕ ਲਿਖਦੇ ਆ ਗੁਰਦਾਸ ਸਾਹਿਬ ਤੈਨੂੰ ਉਦਾਹਰਨਾ ਦਿੰਦੇ ਆ ਕਹਿੰਦੇ ਸਿੱਖ ਦਾ ਗਿਆਨ ਇਸ ਤਰ੍ਹਾਂ ਹੈ ਜਿਵੇਂ ਕੋਇਲ ਦੇ ਬੱਚੇ ਦਾ ਗਿਆਨ ਹੈ ਸਿੱਖ ਦਾ ਗਿਆਨ ਕੋਇਲ ਦੇ ਬੱਚੇ ਦਾ ਗਿਆਨ ਹੈ ਸਿੱਖ ਦਾ ਧਿਆਨ ਕੱਚੂ ਕੁੰਮੀ ਦਾ ਧਿਆਨ ਹੈ ਸਿੱਖ ਦਾ ਸਿਮਰਨ ਜਿਹੜਾ ਗੁਰੂ ਨੇ ਕੂੰਜ ਵਰਗਾ ਦਿੱਤਾ ਹੈ ਇਸ ਅਰਜ ਨੂੰ ਥੋੜਾ ਜਿਹਾ ਮੈਂ ਬੇਨਤੀ ਕਰਕੇ ਖੋਲਣਾ ਚਾਹਨਾ ਧਿਆਨ ਕਛੂਕੁੰਮੀ ਵਰਗਾ ਗਿਆਨ ਕੋਇਲ ਵਰਗਾ ਤੇ ਸਿਮਰਨ ਕੁੰਜ ਵਰਗਾ ਜਦੋਂ ਕਛੂਕੁੰਮੀ ਆਂਡੇ ਦਿੰਦੀ ਹੈ ਆਪ ਨੂੰ ਪਤਾ ਹੋਣਾ ਉਹ ਕਦੀ ਵੀ ਪਾਣੀ ਵਿੱਚ ਆਂਡੇ ਨਹੀਂ ਦਿੰਦੀ ਉਹ ਕਛੂਕੁੰਮੀ ਆਂਡੇ ਹਮੇਸ਼ਾ ਬਰੇਤੇ ਵਿੱਚ ਦਿੰਦੀ ਹੈ ਜੀ ਰੇਤ ਵਿੱਚ ਅਗਲੀ ਗੱਲ ਉਹ ਇਸ ਤਰ੍ਹਾਂ ਆਂਡਿਆਂ ਉੱਪਰ ਨਹੀਂ ਬੈਠਦੀ ਜਿਵੇਂ ਆ ਪੰਛੀ ਬੈਠਦੇ ਆ ਜਾਂ ਸਪਣੀ ਬੈਠਦੀ ਕਹਿੰ। ਤੁਹਾਨੂੰ ਪਤਾ ਹੈ ਸਪਣੀ ਜਿਹੜੀ ਆਂਡਿਆਂ ਤੇ ਬਹਿੰਦੀ ਕੁਝ ਲੋਕ ਕੇ ਕਹਿੰਦੇ ਨੇ ਵੀ ਜਿੰਨੇ ਦਿਨ ਤੱਕ ਉਹ ਆਂਡਿਆਂ ਤੇ ਬੈਠੀ ਰਹਿੰਦੀ ਖਾਂਦੀ ਕੁਝ ਨਹੀਂ ਤੇ ਇੰਨੇ ਦਿਨਾਂ ਬਾਅਦ ਜਦੋਂ ਭੁੱਖ ਨਾਲ ਕਲਪਦੀ ਹੈ ਨਾ ਇੰਨੀ ਭੁੱਖੀ ਹੁੰਦੀ ਹੈ ਜੰਮ ਦੇ ਆਪਣੇ ਨਿਆਣੀ ਖਾਣੇ ਸ਼ੁਰੂ ਕਰ ਦਿੰਦੀ। ਹੁਣ ਉਹ ਕੱਚੂ ਕੁਮੀ ਆਂਡਾ ਬਰੇਤੇ ਦੇ ਦਿੱਤਾ। ਆਪ ਵਾਪਸ ਆ ਗਈ। ਉਹ ਪਾਣੀ ਵਿੱਚ ਹੈ। ਫਿਰ ਉਹ ਕਰਦੀ ਕਿ ਉਹਦਾ ਬੱਚਾ ਕਿਵੇਂ ਪੈਦਾ ਹੋਵੇਗਾ ਕਿਉਂਕਿ ਮਾਂ ਦੀ ਹਜ਼ੂਰੀ ਹਾਜ਼ਰੀ ਤੇ ਚਾਹੀਦੀ ਹੈ ਨਾ ਕੋਈ ਵੀ ਤੁਸੀਂ ਮਾਂ ਲੈ ਲਓ ਚਾਹੇ ਕੋਈ ਵੀ ਹੈ ਪਸ਼ੂ ਹੈ ਪੰਛੀ ਹੈ ਤੇ ਜਦੋਂ ਮਾਂ ਹੀ ਆਂਡੇ ਦੇ ਕੋਲ ਨਹੀਂ ਤੇ ਬੱਚਾ ਕਿਵੇਂ ਜਨਮ ਲਏਗਾ ਉਹਦਾ ਇੱਕੋ ਤਰੀਕਾ ਹੈ ਕਿ ਕਛੂ ਕੁਮੀਨੂ ਰੱਬ ਨੇ ਧਿਆਨ ਦਿੱਤਾ ਉਹ ਆਂਡਾ ਰੇਤੇ ਵਿੱਚ ਰੱਖ ਕੇ ਫਿਰ ਉਹਦਾ ਧਿਆਨ ਟਿਕਾਉਣਾ ਸ਼ੁਰੂ ਕਰ ਦਿੰਦੀ ਮੈਂ ਉਸ ਦਿਨ ਆਪ ਨੂੰ ਇੱਕ ਬੇਨਤੀ ਕੀਤੀ ਸੀ ਖਾਸ ਕਰਕੇ ਬੀਬੀਆਂ ਲਈ ਕਿ ਗੁਰਮਖੋ ਯਤਨ ਕਰਿਓ ਕਿ ਗੁਰਦੁਆਰਿਆਂ ਵਿੱਚ ਵੀ ਹੋਵੇ ਉਹ ਬੱਚੇ ਦਾ ਧਿਆਨ ਧਰਦੀ ਪਈ ਐ ਆਂਡੇ 'ਚ ਕੋਈ ਬਿਲਕੁਲ ਕੋਲ ਨਹੀਂ ਗਈ ਉਹ ਤੇ ਧਿਆਨ ਦੀ એનર્ਜੀ ਨਾਲ ਉਹਦਾ ਜਿਹੜਾ ਬੱਚਾ ਉਹਦਾ ਉਹ ਉਹ ਆਂਡੇ 'ਚ ਉਹਦਾ ਸਰੀਰ ਬਣਨ ਲੱਗ ਪੈਂਦਾ ਧਿਆਨ ਨਾਲ ਇਹ ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਕਹੀ ਉਹ ਧਿਆਨ ਨਾਲ ਆਂਡੇ ਦੇ ਵਿੱਚ ਬੱਚੇ ਦਾ ਸਰੀਰ ਦੀ ਬਣਤਰ ਬਣ ਗਈ ਜਿੱਦਣ ਦਿਨ ਪੂਰੇ ਹੋ ਗਏ ਉਦੋਂ ਕੱਚੂ ਕੁੰਮੀ ਆਂਡੇ ਨਾਲ ਨੂੰ ਧਿਆਨ ਜੋੜ ਕੇ ਆਂਡਾ ਤੋੜ ਦਿੰਦੀ ਜਦੋਂ ਆਂਡਾ ਟੁੱਟਦਾ ਇਕੋ ਦਮ ਕੱਚੂ ਕੁੰਮੀ ਬੱਚੇ ਕੋਲ ਚਲੀ ਜਾਂਦੀ ਆਪਣੇ ਬੱਚੇ ਨੂੰ ਲੈ ਕੇ ਪਾਣੀ ਚ ਆ ਜਾਂਦੀ ਵਾਹ ਵਾਹ ਭਾਈ ਸਾਹਿਬ ਕਹਿੰਦੇ ਆ ਸਤਗੁਰਾਂ ਨੇ ਸਿੱਖ ਨੂੰ ਗਿਆਨ ਕੱਚੂ ਕੁੰਮੀ ਵਰਗਾ ਦਿੱਤਾ ਹੈ ਆਪ ਜੀ ਸੰਗਤ ਚਾਹਿਓ ਅਸੀਂ ਸਰੀਰਕ ਤੌਰ ਤੇ ਗੁਰਮਖੋ ਇਹ ਮੈਂ ਦਰਬਾਰ ਸ ਮੈਂ ਕੋਈ ਮੈਂ ਇਹਨਾਂ ਬ੍ਰਹਮ ਗਿਆਨੀ ਨਹੀਂ ਪਰ ਮੈਂ ਇੱਕੋ ਬੇਨਤੀ ਕਰਨਾ ਸਤਿਗੁਰੂ ਸਾਡੇ ਨਾਲ ਅੰਗ ਸੰਗੇ ਥੋੜਾ ਜਿਹਾ ਅਭਿਆਸ ਕਰਨ ਦੀ ਲੋੜ ਹੈ ਪਹਿਲਾਂ ਤਾਂ ਭਾਵਨਾ ਹੁਣ ਆਪ ਜੀ ਮੰਨ ਲਓ ਇੱਥੇ ਬੈਠੇ ਹੋ ਨਾਮ ਜਪਿਆ ਆਪਾਂ ਸਾਰੇ ਭਾਈ ਸਾਹਿਬ ਕੀਰਤਨ ਕਰਕੇ ਗਏ ਜਦੋਂ ਵੀ ਆਪਾਂ ਇਤਿਹਾਸਕ ਥਾਵਾਂ ਤੇ ਜਾਣਾ ਹੈ ਨਾ ਦੇਖ ਜ਼ਰੂਰ ਕਾਹੀਏ ਮਹਾਰਵਰੀ ਕਹਿਣਾ ਪਰ ਉਸ ਥਾਂ ਤੇ ਬੈਠ ਕੇ ਅੱਜ ਦੇ ਸਮੇ ਨੂੰ ਪਾੜ ਦੇਣਾ ਉਸ ਸਮੇ ਚਲੇ ਜਾਣਾ ਜਦੋਂ ਸਤਿਗੁਰੂ ਉੱਥੇ ਆ ਕੇ ਚਰਨ ਪਾਏ ਨੇ ਜਿਵੇਂ ਮਾਚੀ ਵੜਾ ਸਾਹਿਬ ਗਏ ਅਸੀਂ ਬੋਰਡ ਪੜ੍ਹ ਲਿਆ ਉੱਤੇ ਲਿਖਿਆ ਮਿੱਤਰ ਪਿਆਰੇ ਨੂੰ ਖਾਲ ਮਰੀਦਾਂ ਦਾ ਕਹਿਣਾ ਅਸੀਂ ਪਹਿਲੇ ਇੱਥੇ ਸਤਿਗੁਰੂ ਆਏ ਸਨ ਇੱਥੋਂ ਟਿੰਡ ਲਾਈ ਸੀ ਗੁਰਮੁਖੋ ਜੇ ਤਾਂ ਇਸ ਤਰ੍ਹਾਂ ਦਰਸ਼ਨ ਕਰਾਂਗੇ ਫਿਰ ਲਾਲ ਕਿਲਾ ਗਏ ਤੇ ਗੁਰਦੁਆਰਾ ਗਿਆ ਇੱਕੋ ਗੱਲੀ ਤਾਜਮਹਿਲ ਕੋਈ ਤੁਰ ਗਿਆ ਜਦੋਂ ਉਸ ਰੁੱਖ ਦੇ ਥੱਲੇ ਬਈਏ ਅਸੀਂ ਅੱਜ ਚ ਨਾ ਜੀਏ ਅਸੀਂ ਉਸ ਸਮੇਂ ਚਲੇ ਜਾਈਏ ਕਿ ਦਸ਼ਮੇਸ਼ ਪਿਤਾ ਜੀ ਬਿਸ਼ਰਾਮ ਕਰ ਰਿਹਾ ਤਿੰਨ ਦਾ ਸਰਾਣਾ ਹੈ ਤਿੰਨ ਸਿੱਖ ਚਰਨਾਂ ਵਾਲੇ ਪਾਸੇ ਖਲੋਤੇ ਆ ਪਿਆਰੇ ਭਾਈ ਦਇਆ ਸਿੰਘ ਪਿਆਰੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਗੁਰੂ ਗੋਬਿੰਦ ਸਿੰਘ ਜੀ ਇਹਨੂੰ ਮੈਂ ਫਿਰ ਕਿਹ ਦਿਨ ਅਰਜ਼ ਕਰਾਂਗਾ ਜਿਹੜੇ ਕਹਿੰਦੇ ਸੀ ਦੇਹ ਨੂੰ ਨਹੀਂ ਮੰਨਦੇ ਜੀ ਉਹ ਕਿਹੜਾ ਬੰਦਾ ਜਿਹੜਾ ਧਿਆਨ ਚ ਬੁੱਤਾਂ ਨੂੰ ਨਹੀਂ ਪੂਜਦਾ ਇੱਥੇ ਤੇ ਅੱਖਾਂ ਵਿੱਚ ਸੁਖਮਨੀ ਸਾਹਿਬ ਦੇਸਦਾ ਤੇ ਚਿੱਤ ਵਿੱਚ ਕੋਈ ਹੋਰ ਬੰਦਾ ਚੱਲਦਾ ਹੁੰਦਾ ਉਸ ਵਕਤ ਹਜ਼ੂਰ ਦੇ ਜੇ ਚਰਨ ਨੇ ਮੰਨ ਲਓ ਉਹ ਖੂਨ ਜੰਮਿਆ ਹੋਇਆ ਹੈ ਤੇ ਅਸੀਂ ਥੋੜਾ ਜਾਂ ਅੰਦਰ ਨੂੰ ਟਿਕਾ ਕੇ ਧਿਆਨ ਟਿਕਾ ਕੇ ਉੱਥੇ ਸਿਮਰਨ ਕਰਨਾ ਸ਼ੁਰੂ ਕਰ ਦਈਏ ਹਿਸਟਰੀ ਤੇ ਸਪਿਰਚੁਅਲਿਟੀ ਰੂਖਾਨੀਅਤ ਜਦੋਂ ਅੰਦਰ ਇੱਕੋ ਦਮ ਬੈਰਾਗ ਚ ਆਏਗਾ ਟਿਕ ਜਾਓ ਗੁਰਮਖੋ ਤੁਸੀਂ ਅਮਰੀਕਾ ਆ ਕੇ ਰੋਜ਼ ਉਸ ਗੱਲ ਨੂੰ ਚੇਤੇ ਰੱਖੋ ਉਸ ਝੰਡ ਥੱਲੋਂ ਔਰਾ ਫੇਰ ਆਉਣਾ ਸ਼ੁਰੂ ਹੋ ਜਾਏਗਾ ਇਹ ਫੇਰ ਗੱਲਾਂ ਲਗਣੀਆਂ ਉਸ ਤਾਂ ਜੀਆਂ ਕਮਲੀਆਂ ਕਮਲੀਆਂ ਕੋਈ ਨਹੀਂ ਐ ਸੱਚ ਜੇ ਜੇ ਮਰਨ ਤੋਂ ਬਾਅਦ ਆ ਸਭ ਕੁਝ ਫੂਕ ਕੇ ਵੀ ਅੱਗੇ ਨਾਮ ਜਾਣਾ ਤੇ ਇਹ ਤਾਂ ਰੋਹਾਨੀਅਤ ਤੇ ਇੰਨੀ ਬਖਸ਼ਿਸ਼ ਹੈ ਜੀ ਹੁਣ ਉਹ ਧਿਆਨ ਟਿਕਾਂਦੀ ਖੈ ਤੇ ਕੱਚੂ ਕੁੰਮੀ ਧਿਆਨ ਨਾਲ ਗੁਰੂ ਸਾਹਿਬ ਨੇ ਸੰਤ ਧਿਆਨ ਦਿੱਤਾ ਹੈ ਕਿ ਧਿਆਨ ਵੀ ਜਿਓ ਧਿਆਨ ਵਿੱਚ ਖਾਓ ਆ ਜਿਹੜੇ ਲੋਕ ਬਹੁਤ ਰੌਲਾ ਪਿਆ ਦੀ ਕਲ ਮੈਡੀਟੇਸ਼ਨ ਆਨਲਾਈਨ ਚੱਲਦਾ ਹੈ ਬੜਾ ਵੱਡਾ ਵਪਾਰ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਕੱਚੂ ਕੁੰਮੀ ਵਰਗਾ ਧਿਆਨ ਜਿਵੇਂ ਉਹ ਬੱਚੇ ਤੋਂ ਦੂਰ ਵੀ ਹੈ ਪਰ ਧਿਆਨ ਨਾਲ ਬੱਚੇ ਨੂੰ એનર્ਜੀ ਤਾਕਤ ਦੇ ਰਹੀ ਏ ਤੂੰ ਸਰੀਰਕ ਤੌਰ ਤੇ ਭਾਵੇਂ ਦੂਰ ਵੀ ਹੋਵੇਂ ਸ਼ਬਦ ਕਰਕੇ ਨਾ ਜੁੜਾ ਹੋਵੇਂ ਤੂੰ ਟਰੱਕ ਤੇ ਚੜਿਆ ਵੀ ਗੁਰਦੁਆਰੇ ਬੈਠਾ ਹੋਵੇਂ ਕਿਉਂਕਿ ਧਿਆਨ ਚ ਤਾਕਤ ਹੈ ਤੂੰ ਦਫ਼ਤਰ ਚ ਬੈਠਾ ਹੋਇਆ ਹਰਮੰਦਰ ਸਾਹਿਬ ਚਲਾ ਜਾ ਤੂੰ ਦਫ਼ਤਰ ਚ ਬੈਠਾ ਹੋਇਆ ਹਜ਼ੂਰ ਸਾਹਿਬ ਚਲਾ ਜਾ ਧਿਆਨ ਤੇ ਜਿਸ ਦਾ ਧਿਆਨ ਰੱਖਾਂਗੇ ਉਹਨੇ ਤਾਕਤ ਜ਼ਰੂਰ ਦੇਣੀ ਵੇਖੀ ਫਿਰ ਫਿਰ ਗੱਲ ਸੁਣਿਓ ਕਾਮਣੀ ਦਾ ਧਿਆਨ ਆਏਗਾ ਤੇ ਕਾਮਵਾਸ਼ਨਾ ਪੈਸੇ ਦਾ ਧਿਆਨ ਆਏਗਾ ਤੇ ਲਾਲਚ ਮਿੱਤਰ ਦਾ ਧਿਆਨ ਆਏਗਾ ਤੇ ਮੋਹ ਵੈਰੀ ਦਾ ਧਿਆਨ ਆਏਗਾ ਤੇ ਨਫ਼ਰਤ ਤੇ ਜਿਹਦੇ ਧਿਆਨ ਵਿੱਚ ਗੁਰੂ ਨਾਨਕ ਸਾਹਿਬ ਆਜਾ ਉਹਨੂੰ ਕੀ ਮਿਲੂਗਾ ਕਿਉਂਕਿ ਉਹ ਜਿਹੜੀ ਉਸ ਕੋਲ ਦਾਤ ਉਹ ਮਿਲਦੀ ਹੈ ਭਾਈ ਸਾਹਿਬ ਕਹਿੰਦੇ ਸਭ ਤੋਂ ਪਹਿਲਾਂ ਸਿੱਖ ਨੂੰ ਕਿਉਂਕਿ ਮੈਂ ਫਿਰ ਖਾਲਸੇ ਤੱਕ ਆ ਰਿਹਾ ਅੱਜ ਮੈਂ ਸ਼ੁਰੂ ਕਰ ਦੇਣਾ ਖਾਲਸਾ ਸਿੱਖ ਨੂੰ ਜਿਹੜਾ ਧਿਆਨ ਹੈ ਕੱਚੂ ਕਮੀ ਵਰਗਾ ਦਿੱਤਾ ਉਸ ਤੋਂ ਅਗਲੀ ਬੇਨਤੀ ਜੀ ਇਹਨੂੰ ਗਿਆਨ ਜਿਹੜਾ ਹੈ ਉਹ ਉਹ ਕੋਇਲ ਵਰਗਾ ਦਿੱਤਾ ਕੋਇਲ ਕਦੀ ਵੀ ਆਪਣੇ ਆਂਡੇ ਆਪਣੇ ਆਲ ਨਾਲ ਤੇ ਉਹਦਾ ਕਿੱਥੇ ਦੇਣੇ ਨੇ ਜੀ ਕੋਇਲ ਜਦੋਂ ਵੀ ਆਂਡੇ ਦੇਂਦੀ ਹੈ ਉਹ ਕਾਮਣੀ ਦੇ ਆਂਡੇ ਵਿੱਚ ਆਪਣੇ ਆਂਡੇ ਦੇਂਦੀ ਹੈ ਉਹ ਆਂਡੇ ਗਿਣਤੀ ਨਹੀਂ ਘਟਣ ਦਿੰਦੀ ਜੀ ਕਰਦੀ ਬੇਈਮਾਨੀ ਕਾਮਣੀ ਦੇ ਆਂਡੇ ਬਾਹਰ ਸੜ ਦਿੰਦੀ ਜਿੰਨੇ ਆਪਣੇ ਉਹਦੀ ਗਿਣਤੀ ਘਟਾਈ ਜਾਂਦੀ ਹੁਣ ਉਹ ਕਾਮਣੀ ਦੇ ਆਂਡਿਆਂ ਵਿੱਚ ਕੋਇਲ ਦੇ ਆਂਡੇ ਨੇ ਕਾਮਣੀ ਨੂੰ ਪਹਿਚਾਨ ਕੋਈ ਨਹੀਂ ਚਾ ਰੱਬ ਨੇ ਖੇਡ ਬਣਾਈ ਕਾਮਣੀ ਮੈਂ ਇੱਕ ਦਿਨ ਕਿਸੇ ਨੂੰ ਪੁੱਛਿਆ ਸੀ ਕਾਂ ਦੀ ਮਦੀਨ ਕੌਣ ਹੈ ਉਹ ਕਹਿੰਦੇ ਤੇ ਹੈ ਹੀ ਕੋਈ ਨਹੀਂ ਮੈਂ ਕਿਹਾ ਹੈਗਾ ਮੈਂ ਕਿਹਾ ਭਾਈ ਗੁਰਦਾਸ ਸਾਹਿਬ ਨੇ ਕਾਮਣੀ ਸ਼ਬਦ ਵਰਤਿਆ ਹੈ ਕਾਂ ਦੀ ਕਾਂ ਦੀ ਮਦੀਨ ਲਈ ਉਹ ਬੈਠਦੀ ਹੈ ਸਮੇਂ ਨਾਲ ਕਾਮਣੀ ਦੇ ਤੇ ਕੋਇਲ ਦੇ ਆਂਡਿਆਂ ਦੇ ਬੱਚੇ ਨਿਕਲਣ ਦਾ ਟਾਈਮ ਇੱਕੋ ਹੈ ਹੁਣ ਜਦੋਂ ਆਂਡੇ ਚੋਂ ਬੱਚਾ ਨਿਕਲਿਆ ਕਾਂ ਦਾ ਬੱਚਾ ਕਾਮਣੀ ਦਾ ਬੱਚਾ ਜੰਮਦੇ ਕਾਂ ਕਾਂ ਕਰਨ ਲੱਗ ਪੈਂਦਾ ਕੋਇਲ ਦਾ ਬੋਲਦਾ ਨਹੀਂ ਉਹ ਚੁੱਪ ਉਹ ਕਾਮਣੀ ਦੇ ਬੱਚਿਆਂ ਦੀ ਰੀਸ ਵੀ ਨਹੀਂ ਕਰਦਾ ਚੋਬ ਬੈਠਾ ਕੋਇਲ ਨੂੰ ਪਤਾ ਲੱਗ ਜਾਂਦਾ ਹੈ ਕਿ ਸਮਾਂ ਹੋ ਗਿਆ ਮੇਰੇ ਬੱਚੇ ਦਾ ਜਨਮ ਹੋ ਗਿਆ ਉਹਨੂੰ ਧੂ ਪੈਂਦੀ ਵੇਖੋ ਆਂਡੇ ਕੋਲ ਨਹੀਂ ਮਾਂ ਹੈ ਨਾ ਉਹਨੇ ਅੰਦਰ ਧੂ ਪੈਂਦੀ ਏ ਉਹ ਗੁਰਮਖੋ ਨੇੜੇ ਆ ਕੇ ਦਰਦ ਭਰੀ ਆਵਾਜ਼ ਵਿੱਚ ਜਦੋਂ ਉਹ ਕੂਕਦੀ ਹੈ ਕੋਇਲ ਟਿੱਕੋ ਧੰਮ ਬੱਚਾ ਪਹਿਚਾਨ ਲੈਂਦਾ ਮੇਰੀ ਮਾਂ ਹੈ ਇੱਕੋ ਦਮ ਕੋਇਲ ਦੀ ਆਵਾਜ਼ ਵਿੱਚ ਕੂਕ ਕੂਕ ਵਿੱਚ ਆਪਣੀ ਕੂਕ ਮਿਲਾਂਦਾ ਹੈ ਮਾਂ ਜਦੋਂ ਕੂਕਾਂ ਮਾਰਦੀ ਏ ਉਹ ਕਾਮਣੀ ਨੂੰ ਛੱਡ ਕੇ ਕੋਇਲ ਪਿੱਛੇ ਚਲਾ ਜਾਂਦਾ ਸਤਗੁਰਾਂ ਨੇ ਕਿਹ ਸਿੱਖਾ ਤੈਨੂੰ ਗਿਆਨ ਕੋਇਲ ਵਰਗਾ ਦਿੱਤਾ ਹੈ ਪੜਿਆ ਕਾਮਣੀ ਦੇ ਬੱਚਿਆਂ ਨਾਲ ਜੰਮਿਆ ਉੱਥੇ ਪਰ ਬੋਲੀ ਕਾਵਾਂ ਵਾਲੀ ਨਾ ਬੋਲੀ ਸੱਚੀ ਮੁੱਚੀ ਖਿਮਾ ਕਰ ਦਿਓ ਜਦੋਂ ਜਿਹੜਾ ਅਭਿਆਸੀ ਹੈ ਜਦੋਂ ਗੁਰੂ ਕੀ ਆਵਾਜ਼ ਸ਼ਬਦ ਚ ਕੰਨਾਂ ਚ ਪੈਂਦਾ ਲੱਖਾਂ ਬੰਦੇ ਕਾਵਾਂ ਰੋਲੀ ਪਾਈ ਜਾਂਣ ਜਦੋਂ ਸ਼ਬਦ ਸੁਣਦਾ ਉਹ ਕਾਵਾਂ ਰਾਲੀ ਨੂੰ ਛੱਡ ਕੇ ਫਿੱਕੇ ਬੋਲਾਂ ਨੂੰ ਛੱਡ ਕੇ ਆਪਣੇ ਗੁਰੂ ਪਿੱਛੇ ਚਲਾ ਜਾਂਦਾ ਤੇਰੇ ਕੋਲ ਹੁਣ ਇੱਥੋਂ ਤੱਕ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਹੁੰਦਾ ਮੈਂ ਫਿਰ ਰਿਪੀਟ ਕਰਾਂਗਾ ਉਹ ਜ਼ਿੰਦਗੀ ਤੇ ਬਹੁਤ ਕੁਝ ਸਿੱਖਿਆ ਜੇ ਦਵਾਈ ਰੱਬ ਦੀ ਮੈਂ ਦੇ ਰਿਆਂ ਵੈਸੇ ਦੇਣ ਹੀ ਨਹੀਂ ਚਾਹੀਦੀ ਬਹੁਤ ਕੁਝ ਸਿੱਖਿਆ ਜੇ ਮਰਨ ਤੋਂ ਪਹਿਲਾਂ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੂਰ ਪੜ੍ਹ ਕੇ ਜਾਇ ਇਹ ਇਹ ਬਖਸ਼ਿਸ਼ ਜ਼ਰੂਰ ਲਿਖੇ ਹੁਣ ਸਾਨੂੰ ਤਾਂ ਇਹ ਨਹੀਂ ਪਤਾ ਬਾਣੀ ਕਿਹੜੀ ਹੈ ਜਿਹੜਾ ਪਾਠ ਨਹੀਂ ਕਰਦਾ ਕਈ ਵਾਰ ਉਹ ਸਮਝਦਾ ਪਤਾ ਨਹੀਂ ਕੀ ਪੜੀ ਜਾਂਦੇ ਅੱਜ ਪ੍ਰੋਬਲਮ ਹੀ ਇਹ ਵੇ ਕਿਉਂਕਿ ਪਾਠ ਕਰਦੇ ਕੋਈ ਨਹੀਂ ਅਸੀਂ ਇਹ ਪਿਛਲੇ ਦਿਨ ਹੀ ਅਰਜ਼ ਕੀਤੀ ਸਿੱਖ ਕੌਮ ਨੇ ਜਿਹਨੂੰ ਬਹੁਤ ਪਿਆਰ ਦਿੱਤਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਮਹਾਰਾਜਾ ਰਣਜੀਤ ਸਿੰਘ ਤੋਂ ਵੱਧ ਪਿਆਰ ਮਿਲਿਆ ਉਹਨਾਂ ਸੁਲਤਾਨੇ ਉਲਕੌਮ ਸਰਦਾਰ ਜੱਸਾ ਸਿੰਘਾਲੋਵਾਲੀਆ ਉਹਦੇ ਬਾਰੇ ਮੈਂ ਸੁਣਿਆ ਹੈ ਪਰ ਲਿਖਤ ਨਹੀਂ ਇੱਕ سینਾ ਬਸਿਨਾ ਚੱਲਦੀ ਏ ਕਿ ਉਹ ਜਿੱਥੇ ਕਰਪਾਨ ਦੇ ਕੱਲ ਪਰਸੋ ਕਰਾਂਗਾ ਬੇਨਤੀ ਜੋ ਖਾਲਸਾ ਅਗੇ ਹੋ ਕੇ ਲੜਦਾ ਜਿੱਥੇ ਉਹ ਕਰਪਾਨ ਦਾ ਤਲਵਾਰ ਦਾ ਧਣੀ ਹੈ ਗੁਰਮਖੋ ਉੱਥੇ ਇੱਕ ਸ਼ਬਦ ਨੂੰ ਆਲੋਵਾਲੀਆ ਸਰਦਾਰ 19 ਰਾਗਾਂ ਦੇ ਗੁਲਦਸਤੇ ਚ ਵੜ ਜਾਂਦਾ ਸੀ ਸਵਾਦ ਆ ਗਿਆ ਨਾ ਫਿਰ ਯਾਦ ਰੱਖਿਓ ਜਿੱਤਾਂ ਉਹਨਾਂ ਦੇ ਪੈਰ ਚੁੰਮਦੀਆਂ ਨੇ ਜਿਨੇ ਨਿਤਨੇ ਵੀ ਕੋਈ ਨਹੀਂ ਕਰਨਾ ਉਹ ਕਿਹੜੀ ਜਿੱਤ ਪਾਲਦਾ ਗੁਰੂ ਨੂੰ ਛੱਡ ਦਿਆਂਗੇ ਕੁਛ ਨਹੀਂ ਮਿਲਣਾ ਹਜ਼ੂਰ ਨੇ ਉੱਥੇ ਕਿਹਾ ਗਿਆਨ ਕੋਇਲ ਵਰਗਾ ਹੋਵੇ ਤੂੰ ਇੰਨੀ ਬਾਣੀ ਨਾਲ ਜੁੜ ਇੰਨਾ ਜੁੜ ਇਸ ਕਾਵਾਂ ਰੌਲੀ ਵਿੱਚ ਤੈਨੂੰ ਗੁਰੂ ਕੀ ਬਾਣੀ ਬਚਾ ਕੇ ਰੱਖੇਗੀ ਤੀਸਰੀ ਮੇਰੀ ਬੇਨਤੀ ਧਿਆਨ ਕਚੂਕਮੀ ਵਰਗਾ ਗਿਆਨ ਕੋਇਲ ਵਰਗਾ ਤੀਸਰੀ ਬੇਨਤੀ ਹੈ ਜੀ ਇੱਕ ਹੋਰ ਜੀ ਗਿਆਨ ਦੀ ਗੱਲ ਮੈਂ ਅੱਜ ਪੜ ਰਿਹਾ ਸਾਂ ਭਾਈ ਸਾਹਿਬ ਕਹਿੰਦੇ ਨੇ ਵੀ ਜਿਹੜਾ ਹੰਸ ਦਾ ਬੱਚਾ ਹੈ ਜਾਂ ਬੱਤਖ ਦਾ ਉਹਦੀ ਰੀਸ ਕਈ ਵਾਰੀ ਕੁਕੜੀ ਦਾ ਨਿਆਣਾ ਕਰ ਲਿੰਦਾ ਹੈ ਕੁਕੜੀ ਦਾ ਚੂਜ਼ਾ ਕਹਿੰਦੇ ਸਾਡੇ ਚੂਚਾ ਕਹਿੰਦੇ ਸਨ ਉਹ ਉਹਦੀ ਹਿੰਦੀ ਚੂਜ਼ਾ ਕਹਿੰਦੇ ਆ ਨਾ ਉਹ ਉਹਦੀ ਰੀਸ ਕਰਦਾ ਹੈ ਹੁਣ ਬੱਤਖ ਦੇ ਬੱਚਿਆਂ ਨਾਲ ਤੁਰਿਆ ਜਾਂਦਾ ਹੈ ਸਾਹਮਣੇ ਆ ਗਿਆ ਪਾਣੀ ਦਾ ਨਾਲਾ ਬੱਤਕ ਦੇ ਜਿਹੜੇ ਬੱਚੇ ਨੇ ਉਹ ਲੈ ਕੇ ਠਲ ਪਿੰਦੀ ਪਾਣੀ ਚ ਤੁਰਦੇ ਤਾਂ ਉਹਦੇ ਵਰਗੇ ਨੇ ਕੁਕੜੀ ਦੇ ਚੂਜ਼ੇ ਵੀ ਪਰ ਜਦੋਂ ਪਾਣੀ ਆਇਆ ਬੱਤਕ ਦੇ ਬੱਚੇ ਜਿਹੜੇ ਨੇ ਜਾਂ ਬੱਤਕ ਦੇ ਜਿਹੜੇ ਚੂਜ਼ੇ ਨੇ ਉਹ ਪਾਣੀ ਚ ਤਰ ਕੇ ਕਿਉਂ ਨੂੰ ਪਤਾ ਉਹ ਜਮਾਂਦਰੂ ਤਰਦੇ ਨੂੰ ਤਰ ਕੇ ਨਿਕਲ ਗਏ ਤੇ ਕੁਕੜੀ ਦੇ ਚੂਜ਼ਿਆਂ ਨੇ ਕੀ ਕੀਤਾ ਉਹ ਪਾਣੀ ਤੋਂ ਡਰ ਕੇ ਵਾਪਸ ਆ ਗਏ ਰੂੜੀ ਉੱਤੇ ਫਿਰ ਝੁੰਝਾ ਮਾਰਨ ਲੱਗ ਪਏ ਯਾਦ ਰੱਖਿਓ ਕਈ ਵਾਰੀ ਕਈ ਪਖੰਡੀ ਕਮਾਈ ਵਾਲਿਆਂ ਦੀ ਰੀਸਾਂ ਕਰ ਵਹਿੰਦੇ ਆ ਪਰ ਜਦੋਂ ਮੁਸੀਬਤ ਪੈਂਦੀ ਹੈ ਤਰ ਦੇ ਤਰਨ ਵਾਲੀ ਆ ਬਾਕੀ ਫਿਰ ਉਹ ਹੀ ਖੇ ਖਾਨ ਲੱਗ ਪੈਂਦੇ ਮੈਂ ਲਫਜ਼ ਬੜਾ ਗਲਤ ਜਿਹਾ ਵਰਤ ਗਿਆ ਪਰ ਸਲੀਅਤ ਏ ਹੀ ਹੈ ਨਾ ਉਹ ਬਤਕ ਦੇ ਬੱਚੇ ਦਾ ਮੁਕਾਬਲਾ ਇਸੇ ਕਰਕੇ ਗੁਰੂ ਸਾਹਿਬ ਨੇ ਹੁਣ ਕਈ ਵਾਰੀ ਅਸੀਂ ਕਹਿੰਦੇ ਨਾ ਇਹ ਆਹ ਗੱਲ ਕਿਉਂ ਕੀਤੀ ਜਾਂ ਕਿਵੇਂ ਹੋ ਗਈ ਯਾਦ ਰੱਖਿਓ ਜ਼ਿੰਦਗੀ ਬਹੁਤ ਵੱਡਾ ਸਫਰ ਹੈ ਠੋਕਰਾਂ ਖਾ ਖਾ ਕੇ ਪਤਾ ਲੱਗਦਾ ਕਿਹੜਾ ਬੰਦਾ ਕਿੱਥੇ ਹੈ ਬਾਬਾ ਜੀ ਨੇ ਕਿਹਾ ਹੰਸਾਂ ਦੇਖ ਤਰੰਦਿਆਂ ਬੱਗਾਂ 'ਤੇ ਆਇਆ ਚਾਹੋ ਡੋਪ ਮੁਵੇ ਬਗ ਬਪੜੇ ਸਿਰ ਤਲ ਉਪਰ ਪਾਉ ਤੇ ਅਗਲੀ ਤੋਕੋ ਨਾ ਵੀ ਕਹੀ ਇਹ ਦੋਵਰੀ ਸ਼ਲੋਕ ਹੁੰਦਾ ਵਿਢਾਂਸਕੀ ਵਾਰ ਵਿੱਚ ਤੇ ਬਾਬਾ ਫਰੀਦ ਜੀ ਦਾ ਮੈਂ ਜਾਣਿਆ ਬਗ ਬਪੜਾ ਖੰਸਾ ਤਾ ਮੈਂ ਕੀਤਾ ਸੰਗ ਜੇ ਜਾਣਾ ਬਗ ਬਪੜਾ ਤਾਂ ਜਨਮ ਨਾ ਭੀੜੀ ਅੰਗ ਜੇ ਜਾਣਾ ਬਗ ਬਪੜਾ ਤਾਂ ਜਨਮ ਨਾ ਭੀੜੀ ਅੰਗ ਇਹਦਾ ਮਤਲਬ ਭੁਲੇਖਾ ਕਿਸੇ ਨੂੰ ਵੀ ਲੱਗ ਸਕਦਾ ਹੈ ਫਿਰ ਅਰਜ਼ ਖੈ ਕਿ ਸਿਮਰਨ ਕੁੰਜ ਵਰਗਾ ਇਹ ਮੇਰੀ ਬੇਨਤੀ ਜੇ ਗੁਰਮੁਖੋ ਹਰ ਇੱਕ ਦੇ ਅੰਦਰ ਚੱਲੇਗਾ ਕਿ ਕੂੰਝ ਕਿਤੇ ਬੈਠੀ ਏ ਹਰੀ ਦੇ ਪੱਤਨ ਬੜੀਆਂ ਕੂੰਝਾਂ ਹੁੰਦੀਆਂ ਨੇ ਸਿਆਲ 'ਚ ਆਂਡੇ throth ਇੱਥੇ ਦੇ ਕੇ ਜਾਂਦੀਆਂ ਨੇ ਆਂਡੇ ਉਹਨਾਂ ਦੇ ਪਿੱਛੇ ਨੇ ਪਰ ਜਦੋਂ ਸੈਂਕੜੇ ਕੋਤੋਂ ਕੂੰਝ ਸੈਂਕੜੇ ਕੋ ਦੀ ਦੂਰੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਸੈਂਕੜੇ ਕੋਤੋਂ ਕੂੰਝ ਜਦੋਂ ਦਾਣਾ 'ਚ ਹੁੰਦੀ ਏ ਇੱਕੋ ਦਮ ਆਪਣੇ ਬੱਚੇ ਨੂੰ ਚੇਤੇ ਕਰਦੀ ਏ ਕਰਮ ਕੂੰਜ ਕਰਦੀ ਪਈਏ ਕਰਮ ਮਾਂ ਕਰਦੀ ਏ ਖਾਂਦੀ ਮਾਂ ਪਈ ਹੈ ਬੱਚੇ ਨੂੰ ਚੇਤੇ ਕਰਨ ਦੀ ਦੇਰ ਹੈ ਤੇ ਜਦੋਂ ਚੇਤੇ ਕਰਦੀ ਬੱਚਾ ਮਾਂ ਨੂੰ ਚੇਤੇ ਕਰਦਾ ਹੈ ਮਾਂ ਦੀ એનર્ਜੀ ਜਿਹੜੀ ਬੱਚੇ ਵਿੱਚ ਚਲੀ ਜਾਂਦੀ ਹੈ ਇਸ ਸਿਮਰਨ ਚ ਤਾਕਤ ਹੈ ਇਹ ਸਤਿਗੁਰੂ ਤਾਂ ਸਾਨੂੰ ਸਮਤ ਦਿੰਦਣੇ ਸਿੱਖੋ ਜੇ ਕੂੰਜ ਤੇ ਕੂੰਜ ਦਾ ਬੱਚਾ ਚੇਤੇ ਕਰੇ ਕੂੰਜ ਦੀ ਕਮਾਈ ਬੱਚੇ ਵੀ ਚਲੀ ਜਾਂਦੀ ਏ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਚੇਤੇ ਕਰੇਗਾ ਗੁਰੂ ਗੋਬਿੰਦ ਸਿੰਘ ਦੀ ਕਮਾਈ ਉਹਦੇ ਵਿੱਚ ਚਲੀ ਜਾਏ ਉਹ ਨਾ ਕਹਿਆ ਮੇਰਾ ਤੇਜ ਪ੍ਰਤਾਪ ਹੈ ਤੁਹਾਡੇ ਚ ਗੁਰੂ ਸ ਮੈਂ ਤਾਂ ਹੀ ਬੇਨਤੀ ਕੀਤੀ ਸਿੱਖ ਬੜੀ ਉੱਚਾ ਰਤਵੈ ਜੀ ਸਿੱਖ ਦਾ ਮੁਕਾਬਲਾ ਕਿਹੜਾ ਹੈ ਜੋ ਮੇਰੇ ਕੋਲ ਟਾਈਮ ਨਹੀਂ ਮੈਂ ਇਹਨੇ ਲਫ਼ਜ਼ ਇੱਕ ਤੇ ਹਫ਼ਤਾ ਆਪਾਂ ਬੋਲੀਏ ਉਹ ਭਾਈ ਸਾਹਿਬ ਕਹਿੰਦੇ ਨੇ ਕੀ ਦੇਵਤੇ ਕੀ ਦੈਂਤ ਜਿਹੜੇ ਉੱਚੀ ਉੱਚੀ ਪਦਵੀ ਤੇ ਪਹੁੰਚੇ ਦੇਵਤੇ ਨੇ ਉਹ ਵੀ ਸਿੱਖ ਦੇ ਚਰਨਾਂ ਦੀ ਧੂੜ ਵਰਗੇ ਨੇ ਉਹ ਸਿੱਖ ਜਿਹਦੇ ਅੰਦਰ ਗੁਰੂ ਵਰਤਾ ਸਾਨੂੰ ਸਿਮਰਨ ਕੁੰਜ ਵਰਗਾ ਦਿੱਤਾ ਭਾਈ ਸਾਹਿਬ ਜੀ ਨੇ ਤਿੰਨ ਸ਼ਬਦ ਕਹੇ ਕੱਚੂ ਆਂਡਾ ਧਿਆਨ ਤਰ ਕਰ ਪਰਪੱਕ ਨਦੀ ਵਿੱਚ ਆਣਾ ਕੂੰਜ ਹਿਰਦੈ ਸਿਮਰਨ ਕਰੈ ਲੈ ਬੱਚਾ ਉੱਡਦੀ ਅਸਮਾਨੈ ਕੋਇਲ ਪਾਲੈ ਕਾਮਣੀ ਮਿਲਦਾ ਜਾਏ ਕਟੰਮ ਸਿਆਣਾ ਅੱਗੇ ਭਾਈ ਸਾਹਿਬ ਕਿੰਨੇ ਗਿਆਨ ਧਿਆਨ ਸਿਮਰਨ ਸਦਾ ਇਹ ਲਾ ਵੀ ਫਿਰ ਸੁਣਿਓ ਗਿਆਨ ਕੋਇਲ ਵਰਗਾ ਧਿਆਨ ਕੱਚੂ ਕੁਮੀ ਵਰਗਾ ਤੇ ਸਿਮਰਨ ਕੂੰਜ ਵਰਗਾ ਗਿਆਨ ਧਿਆਨ ਸਿਮਰਨ ਸਦਾ ਸਤਗੁਰ ਸਿੱਖ ਰਖੇ ਨਿਰਭਾਣੇ